ਜਿਹੜੇ ਆਪਣੇ ਤੇ ਇਲਜ਼ਾਮ ਲਾਏ ਸੀ ਬੇਅਦਬੀ ਦਾ ਤੇ ਗੋਲੀ ਕਾਂਡ ਦਾ। ਕੈਪਟਨ ਦੀ ਸਰਕਾਰ 5 ਸਾਲ ਰਹੀ, ਇਹਨਾਂ ਦੀ 2 ਸਾਲ ਰਹੀ। SIT ਜਿੰਨੀਆਂ ਮਰਜ਼ੀਆਂ ਬਣਾਈਆਂ, ਕਿਸੇ SIT ਨੇ ਹੁਣ ਚਲਾਨ ਪੇਸ਼ ਹੋ ਗਏ ਅਕਾਲੀ ਦਲ ਦੇ ਛੋਟੇ ਵਰਕਰ ਤੋਂ ਲੈ ਕੇ ਵੱਡੇ ਲੀਡਰ ਤੱਕ ਇੱਕ ਵਾਰ ਵੀ ਨਾਂ ਨਹੀਂ ਆਇਆ। ਜਿਹੜੇ ਝੂਠ ਬੋਲਦੇ ਬੇਅਦਬੀ ਅਕਾਲੀਆਂ ਨੇ ਕਰਾਈ ਹੈ, ਜੇ ਅਕਾਲੀਆਂ ਨੇ ਕਰਾਈ ਹੈ ਫਿਰ ਨਾਂ ਤਾਂ ਦੇਣਾ ਸੀ, ਇੱਕ ਨਾਂ ਨਹੀਂ। ਤੇ ਦੂਜੀ ਹੁਣ ਮੈਂ ਜਿਹੜਾ ਬੋਲਣਾ ਪੁੱਛਣਾ ਚਾਹੁੰਦਾ, ਉਹ ਜਿਹੜੇ ਇੱਥੇ ਮੰਡ ਹੈ, ਦਾਦੂਵਾਲ ਹੈ, ਕਈ ਉਦੋਂ ਭਾਵੇਂ ਚੋਲੇ ਪਾ ਲੈਂਦੇ ਹੈ, ਐਂ ਲੱਗਦੇ ਆ ਕਿ ਆਪਣੇ ਤੋਂ ਵੱਡੇ ਸਿੱਖ ਹੈ, ਹੈਂ। ਉਹਨਾਂ ਨੂੰ ਪੁੱਛਣਾ ਚਾਹੁੰਦਾ, ਲੈਕਚਰ ਦੇਣਾ ਬੜਾ ਸੌਖਾ ਹੈ। ਪਿਛਲੇ ਸਾਲ ਦੇ ਅੰਦਰ ਹੀ ਮੈਂ ਲਿਸਟ ਮੈਂ ਦੇਖ ਰਿਹਾ, ਹੁਣੀ ਕੱਲ੍ਹ ਭੋਗਪੁਰ ਹੋਈ ਹੈ ਅਤੇ ਮੋਰਿੰਡੇ ਹੋਈ ਬੇਅਦਬੀ, ਜੁਲਾਈ ਦੇ ਮਹੀਨੇ 'ਚ ਗੁਰਦਾਸਪੁਰ ਹੋਈ, ਮਈ ਦੇ ਮਹੀਨੇ 'ਚ ਹਰਗੋਬਿੰਦਪੁਰ ਹੋਈ, ਰਾਜਪੁਰ ਹੋਈ ਮਈ ਦੇ ਮਹੀਨੇ, ਅਪ੍ਰੈਲ 'ਚ ਮੋਰਿੰਡਾ, ਫਿਰ ਗੁਰਦਾਸਪੁਰ। ਮੇਰੇ ਕੋਲ ਲਿਸਟ ਹੈ 8 ਜਗ੍ਹਾ 'ਤੇ ਹੋਈਆਂ, 1 ਸਾਲ ਦੀ ਗੱਲ ਹੀ ਕਰ ਰਿਹਾ ਮੈਂ ਪਿਛਲੇ ਦੇ। ਕਿਤੇ ਉਹ ਦੇਖੇ ਬਾਬੇ ਕਿਤੇ ਉੱਥੇ ਗਏ, ਕੋਈ ਸੜਕ ਰੋਕੀ ਹੋਏ ਜਾਂ ਕੋਈ ਧਰਨਾ ਦਿੱਤਾ ਹੋਏ, ਨਹੀਂ। ਆਹ ਸਾਰੇ ਏਜੰਸੀਆਂ ਦੇ ਬੰਦੇ ਆ, ਕੰਮ ਇੱਕੋ ਹੀ, ਨਿਸ਼ਾਨਾ ਇੱਕੋ ਸੀ ਕਿ ਜਿਹੜੀ ਖੇਤਰੀ ਪਾਰਟੀ ਅਕਾਲੀ ਦਲ ਹੈ, ਜਿਹੜੀ ਕੌਮ ਦੀ ਤਾਕਤ ਹੈ, ਕੌਮ ਦੀ ਆਵਾਜ਼ ਹੈ, ਇਹਨੂੰ ਕੁਚਲਿਆ ਜਾਏ, ਇਹਨੂੰ ਖਤਮ ਕੀਤਾ ਜਾਏ, ਇਹਨੂੰ ਬਦਨਾਮ ਕੀਤਾ ਜਾਏ। ਹੁਣ ਕਹਿੰਦੇ ਕੋਟਕਪੂਰਾ 'ਚ ਗੋਲੀ ਚਲਾਈ SIT, ਅਸੀਂ ਤਾਂ ਨਹੀਂ ਜਿਹਦੇ 'ਤੇ ਮੇਰੇ 'ਤੇ ਪਰਚਾ ਦੇਤਾ ਇਹਨਾਂ ਨੇ, ਮੇਰੇ 'ਤੇ ਬਾਦਲ ਸਾਹਿਬ ਦੇ ਦਿੱਤਾ। ਪਰ ਜਦੋਂ ਚਲਾਨ ਹੁਣ ਦਿੱਤਾ, ਚਲਾਨ ਤਾਂ ਸਾਡੇ ਕੋਲੇ ਕੁਛ ਨਹੀਂ ਹੈ ਸਾਡੇ ਖਿਲਾਫ, ਪਰ ਨਾਂ ਦੇਣਾ ਸੀ। ਭਗਵੰਤ ਮਾਨ ਨੇ ਕਿਹਾ ਵੱਡੇ ਬਾਦਲ ਸਾਹਿਬ ਦਾ, ਸੁਖਬੀਰ ਦਾ ਨਾਂ ਆਉਣਾ ਚਾਹੀਦਾ, ਕੁਛ ਮਰਜ਼ੀ ਹੋ ਜੇ, ਮੈਂ ਤਾਂ ਦੇਸ਼ 'ਚ ਹੀ ਹੈ ਨਹੀਂ ਸੀ ਅਤੇ ਮੇਰਾ ਨਾਂ ਪਤਾ, ਚਲੋ ਕੋਈ ਗੱਲ ਨਹੀਂ, ਉਹਦਾ ਭੁਗਤ ਲਾਂਗੇ, ਕੋਈ ਗੱਲ ਨਹੀਂ। ਹੁਣ ਉਹਨਾਂ ਦੀ SIT ਨੇ ਜਿਹੜਾ ਹੁਣ ਚਲਾਨ ਪੇਸ਼ ਕੀਤਾ, ਉਹਨਾਂ ਨੇ ਵੀਡੀਓ ਪਾਈ ਹੈ, ਇੱਕ ਆਪਣੇ ਇੱਕ CCTV ਕੈਮਰਾ ਸੀ ਜਿਹਦੀ ਵੀਡੀਓ ਪਾਈ ਹੈ, ਅਤੇ ਉਹਨੇ ਲਿਖਿਆ ਉਦੋਂ ਜਿਹੜੇ ਬੰਦੇ ਬੈਠੇ ਸੀ ਧਰਨੇ 'ਚ, 2 ਬੰਦੇ ਸੀ ਜਿਨ੍ਹਾਂ ਨੇ ਦਿਖਾਇਆ, ਦੇਖੀ ਜਾਂਦਾ ਪੁਲਿਸ ਤੋਂ SLR ਖੋਲੀਆਂ, ਪੁਲਿਸ ਜਿਹੜੀ ਸੀ ਬੰਦੂਕਾਂ ਨੇ ਉਹਨਾਂ ਤੋਂ ਖੋਹ ਕੇ ਉਹ ਭੱਜ ਰਹੇ ਆ, ਦਿਖਾ ਰਹੇ ਆ। ਜਿਹੜਾ ਬੰਦਾ ਜਿਹਦੇ ਵੱਜੀ ਆ ਗੋਲੀ, ਪੁਲਿਸ ਸਾਹਮਣੇ ਹੈ, ਉਹ ਲਿਖਿਆ ਉਹਨਾਂ ਨੇ ਕਿ ਪੁਲਿਸ ਸਾਹਮਣੇ ਹੈ, ਪ੍ਰੋਟੈਸਟਰ ਪਿੱਛੇ ਹੈ, ਤੇ ਗੋਲੀ ਪਿਛਲੇ ਲੱਤ 'ਤੇ ਲੱਗੀ ਹੈ ਅਤੇ ਅਗਲੀ ਲੱਤ 'ਚੋਂ ਨਿਕਲੀ ਹੈ, ਅਤੇ ਉੱਥੋਂ ਗੋਲੀ ਚੱਲੀ ਹੋਈ ਪੁਲਿਸ ਤੋਂ, ਅਤੇ ਐਂ ਮੁੜ ਕੇ ਵਾਪਸ ਆਊਗੀ ਇੱਧਰ। ਉਹਨਾਂ ਨੇ ਸਾਫ਼ ਕਹਿਤਾ ਕਿ ਉਹ ਗੋਲੀ ਉਹਨਾਂ ਨੇ ਚਲਾਈ ਹੈ, ਪੁਲਿਸ ਨੇ ਤਾਂ ਚਲਾਈ ਨਹੀਂ। ਸੋ ਜਿਹੜਾ ਸਾਰਾ ਕੁਛ ਸੀ ਬੇਅਦਬੀ ਮਾਮਲੇ 'ਤੇ ਵੀ ਸਿਆਸਤ ਕੀਤੀ ਉਹਨਾਂ ਨੇ, ਗੋਲੀ ਕਾਂਡ 'ਚ ਵੀ ਸਿਆਸਤ ਕੀਤੀ। ਜੇ ਗੁਰੂ ਦੀ, ਮੈਂ ਤਾਂ ਕਹਿੰਦਾ ਲੋਕੀ ਦੋਸ਼ੀ ਫੜਨੇ ਚਾਹੀਦੇ ਹੈ, ਪਰ ਤੁਸੀਂ ਜੇ ਸਿਆਸਤ ਕਰੋਗੇ ਫੜਨ ਦੀ ਬਜਾਏ, ਤੁਸੀਂ ਇਕੱਲਾ ਆਪਣੇ ਇਹਨੂੰ ਅਕਾਲੀ ਦਲ ਨੂੰ ਬਦਨਾਮ ਕਰਕੇ, ਅਕਾਲੀ ਦਲ ਨੂੰ ਕਰਨ ਵਾਸਤੇ। ਇੱਕ ਕਹਿੰਦੇ ਆ ਪੰਥਕ ਸਰਕਾਰ 'ਚ ਬੇਅਦਬੀ ਹੋਈ, ਸਾਨੂੰ ਬੜਾ ਦੁੱਖ ਹੈ ਸਾਡੀ ਸਰਕਾਰ 'ਚ ਹੋਈ। ਇਹਦਾ ਮਤਲਬ ਜੇ ਪੰਥ ਦੀ ਸਰਕਾਰ ਨਾ ਹੋਏ ਉਦੋਂ ਬੇਅਦਬੀ ਕਰ ਸਕਦੇ ਲੋਕੀ?